जिला प्लानिंग बोर्ड के चेयरमैन अज जो है चंद सिंह गिल जरा बनाया गया तस्वीर दे सकते मेरे पिछले जरा कि चंद सिंह गिल की जी ताजपोशी हुई है अज कैबिनेट मंत्री जड़े ने हरभजन सिंह ईटीओ वालों जी की गई है तस्वीर तुम दे सकते हो अज जो चंद सिंह गिल जड़े आ हार पाए जा रहे हैं और उस तो बाद जो गल की जाए तो ईटीओ जड़े ने हरभजन सिंह मंत्री जड़े ने उन्हों वालों जी ताजपोशी अज की गई है असी कोशिश करेंगे गलबात करने की जेडे मंत्री ने ईटीओ उन्हां नाल कि जी प्लैनिंग है की प्लैनिंग होएगी विकास की होणगे पंजाब दे विच जेडे गल की जाए तो आम आदमी पार्टी सरकार दे 9 महीने जो समा हो चलिया विकास की गल की जाए तो विकास का ग्राफ कितने ना कितने जे गल की जाए जीरो है तो असी गलबात भी करने की पूरी कोशिश करांगे कि अज मंत्री साहब जेडे इत्थे पहुंचे हुए ने उन्हां नाल गलबात करांगे कि जिहड़ी गलबात करने की पूरी कोशिश करांगे कि मंत्री साहब जिहड़े अज पहुंचे हुए ने ते उन्हां नाल देखो जी सब तो पहला तो शहीदां दी इस धरती इन्हां नूं नमन करते हैं इस धरती नूं अज साडे डिस्ट्रिक्ट प्लानिंग कमेटी के चेयरमैन सरदार चंद सिंह जी गिल जिहड़े पार्टी के सच्चे सिपाही रहे ने बड़े लंबे समय तो पार्टी के नाल चले ने उन्हां नूं अज डिस्ट्रिक्ट प्लानिंग कमेटी का चेयरमैन पार्टी हाईकमांड वालों नियुक्त किया गया है उन्हां नूं असीं इत्थे वधाई देन पहुंचे हाँ ਕਿਵੇਂ ਦੇਖਦੇ ਹੈਗੇ ਉਹ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਲਗਾਤਾਰ ਭੱਜਦਾ ਜਾ ਰਿਹਾ ਉਹ ਲਗਾਤਾਰ ਧਰਨਾ ਬਰਕਰਾਰ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਅਨਾਉਂਸ ਕਰਤਾ ਕਿ ਸ਼ਰਾਬ ਫੈਕਟਰੀ ਬੰਦ ਹੋਊਗੀ ਪਰ ਉੱਥੋਂ ਦੇ ਜਿਹੜੇ ਧਰਨਾਕਾਰੀ ਹੈਗੇ ਆ ਪਿੰਡ ਵਾਸੀ ਉਹਨਾਂ ਦਾ ਕਹਿਣਾ ਕਿ ਜਿੰਨੀ ਦੇਰ ਤੱਕ ਲਿਖਤ ਤੌਰ ਤੇ ਨਹੀਂ ਮਿਲੂਗਾ ਉਨੀ ਦੇਰ ਤੱਕ ਉਹ ਧਰਨਾ ਜਿਹੜਾ ਉਹ ਨਹੀਂ ਚੱਕਦੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੀਰਾ ਸ਼ਰਾਬ ਫੈਕਟਰੀ ਨਹੀਂ ਚੱਲੇਗੀ ਠੀਕ ਆ ਜੀ ਪੰਜਾਬ ਦੀ ਪਾਣੀ ਪੰਜਾਬ ਦੇ ਹਵਾ ਪੰਜਾਬ ਦਾ ਵਾਤਾਵਰਣ ਇਹਨੂੰ ਸੁਰੱਖਿਅਤ ਰੱਖਣਾ ਮਾਨ ਸਾਹਿਬ ਦੀ ਸਮੁੱਚੀ ਟੀਮ ਦੀ ਪੂਰੀ ਜ਼ਿੰਮੇਵਾਰੀ ਆ ਇਸੇ ਕਰਕੇ ਹੀ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਆ ਕਿ ਸ਼ਰਾਬ ਫੈਕਟਰੀ ਨਹੀਂ ਚੱਲੇਗੀ ਬਾਕੀ ਜੋ ਡਾਕੂਮੈਂਟਸ ਦੀ ਆ ਉਹ ਥੋੜ੍ਹਾ ਬਹੁਤਾ ਸਮਾਂ ਲੱਗੇਗਾ ਉਹ ਡਾਕੂਮੈਂਟਸ ਜਿਹੜੇ ਕਰ ਦਿਆਂਗੇ ਵਿਕਾਸ ਦੀ ਪਲਾਨਿੰਗ ਦੇਖੋ ਅਸੀਂ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਹੀ ਅਸੀਂ ਸੁਹਿਰਦਾਂ ਸਰਦਾਰ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਉਦੋਂ ਤੋਂ ਹੀ ਸੁਹਿਰਦਾਂ ਅਸੀਂ 600 ਯੂਨਿਟ ਬੱਤੀ ਫ੍ਰੀ ਕਰਨ ਦੀ ਗੱਲ ਕੀਤੀ ਸੀਗੀ ਅਸੀਂ ਵਾਅਦਾ ਕਰ ਦਿੱਤਾ ਅਸੀਂ ਜੋ ਕਹਿੰਦੇ ਆ ਉਹ ਕਰਦੇ ਆ 500 ਮੁਹੱਲਾ ਕਲੀਨਿਕ ਇਸ 26 ਜਨਵਰੀ ਨੂੰ ਰਿਪਬਲਿਕ ਡੇ ਦੇ ਉੱਤੇ ਆਪਣੇ ਜਨਤਾ ਨੂੰ ਸਪੁਰਦ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਕਰਪਸ਼ਨ ਨੂੰ ਰੋਕਣ ਵਾਸਤੇ ਥਾਂ ਥਾਂ 'ਤੇ ਅਸੀਂ ਜਿਹੜੇ ਵਟਸਐਪ ਨੰਬਰ ਵੀ ਜਿਹੜੇ ਜਾਰੀ ਕੀਤੇ ਨੇ ਜਿੱਥੇ ਵੀ ਕੋਈ ਭ੍ਰਿਸ਼ਟ ਅਧਿਕਾਰੀ ਕਰਮਚਾਰੀ ਪਾਇਆ ਜਾਂਦਾ ਉਹਦੇ ਵਿਰੁੱਧ ਕਾਰਵਾਈ ਹੁੰਦੀ ਹੈ ਸੋ ਜ਼ੀਰੋ ਟੋਲਰੈਂਸ ਦੀ ਪਾਲਿਸੀ ਸਾਡੀ ਕਰਪਸ਼ਨ ਪ੍ਰਤੀ ਸੀ ਅੱਜ ਵੀ ਹੈ ਅਤੇ ਹਮੇਸ਼ਾ ਹੀ ਰਹੂਗੀ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਜਿਹੜੇ ਸੀ ਹਰਭਜਨ ਸਿੰਘ ਈਟੀਓ ਔਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਇਹੀ ਕਿਹਾ ਹੈ ਕਿ ਅੱਜ ਜਿਹੜੀ ਹੈ ਪਲੈਨਿੰਗ ਬੋਰਡ ਦੇ ਚੇਅਰਮੈਨ ਜਿਹੜੇ ਬਣਾਏ ਗਏ ਨੇ ਉਹਨਾਂ ਦੀ ਤਾਜਪੋਸ਼ੀ ਦੇ ਦੌਰਾਨ ਜਿਹੜੀ ਵਾਅਦੇ ਕੀਤੇ ਨੇ ਉਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਔਰ ਉਹਨਾਂ ਕਿਹਾ ਕਿ 26 ਜਨਵਰੀ ਵਾਲੇ ਦਿਨ ਜਿਹੜਾ ਹੈ ਕਿ 500 ਮੁਹੱਲਾ ਕਲੀਨਿਕ ਜਿਹੜਾ ਹੈ ਲੋਕਾਂ ਨੂੰ ਸਬੂਤ ਕੀਤਾ ਜਾਏਗਾ ਹੁਣ ਦੇਖਣਾ ਹੋਏਗਾ ਆਮ ਆਦਮੀ ਪਾਰਟੀ ਸਰਕਾਰ ਵਿਕਾਸ ਦੇ ਕਿਹੋ ਜਿਹੇ ਦਾਅਵੇ ਕਰਦੀ ਹੈ ਜਾਂ ਪੂਰੇ ਕਰਨ ਦੇ ਵਿੱਚ ਸਫਲ ਰਹਿੰਦੀ ਹੈ ਜਾਂ ਅਸਫਲ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਰੂਪ ਤੋਂ ਕਰਾ ਪਸੰਦ ਜਗਦੀਸ਼ ਕੁਮਾਰ ਦੀ ਫੈਕਟ ਨਿਊਜ਼।